ਇਹ ਚੋਂ ਨਿਕਲ ਆ, ਪੈਰ ਪੂਰ ਘੁੱਟਦੇ ਦੁਖੀ ਜਾਂਦੇ ਆ। ਓਏ ਹੋਏ ਹੋਏ ਹੋਏ, ਉਧਰ ਨੂੰ ਚੱਕੇ ਮਾਰ ਲਓ। ਕੀ ਬੋ ਭਰਾਈ ਆ, ਮੈਨੂੰ ਤਾਂ ਆਉਂਦੀ ਨੀ, ਤੈਨੂੰ ਕੱਲੀ ਨੂੰ ਮੁਸ਼ਕ ਮਾਰਦਾ। ਨਾ ਤੁਹਾਨੂੰ ਕਾਹਨੂੰ ਆਉਣੀ ਆ, ਤੁਹਾਡੀ ਤਾਂ ਆਪਦੀ ਆ। ਆਪਦੀ ਆ ਮਤਲਬ? ਮੇਰੇ ਅੰਦਰ ਗਾਹ ਕਾਰੀਗਰ ਲੱਗੇ ਹੋਏ ਨੇ ਗੈਸ ਬਣਾਉਣ ਵਾਲੇ, ਨਿਕਲੀ ਜਾਂਦੀ ਆ। ਫਿਰ ਇੰਨਾ ਖਾਇਆ ਹੀ ਨਾ ਕਰੋ, ਜਦ ਤੁਹਾਨੂੰ ਪਤਾ ਵੀ ਤੁਹਾਨੂੰ ਗੈਸ ਦੀ ਪ੍ਰੋਬਲਮ ਆ, ਫਿਰ ਕਿਉਂ ਖਾਂਦੇ ਹੁੰਦੇ ਹੋ? ਮੈਂ ਇਕੱਲਾ ਨਹੀਂ ਮਾਰਦਾ, ਦੁਨੀਆਂ ਦੇ ਉੱਤੇ ਹਰੇਕ ਬੰਦਾ ਪੱਤ ਮਾਰਦਾ। ਆਪਦੇ ਵੀ ਸੁਣ ਲਿਆ ਕਰ, ਛੁੱਟੀ ਪਈ ਹੁੰਦੀ ਆ, ਪਰ ਦੀ ਆਵਾਜ਼ਾਂ ਆਉਂਦੀਆਂ ਹੁੰਦੀਆਂ ਨੇ। ਨਾ ਤੁਸੀਂ ਤਾਂ ਅੱਧੀ ਅੱਧੀ ਰਾਤ ਤੱਕ ਜਾਗਦੇ ਹੁੰਦੇ ਹੋ ਨਾ ਆਵਾਜ਼ਾਂ ਸੁਣਨ ਵਾਸਤੇ, ਬਥੇਰਾ ਗੰਦ ਵੱਢ ਲਿਆ, ਬਸ ਕਰੋ ਹੁਣ। ਚੰਗਾ ਵੀਰੇ ਮੈਂ ਚੱਲਿਆ, ਮੇਰਾ ਟਾਈਮ ਹੋ ਗਿਆ। ਤੂੰ ਢੋਲਕੀ ਜੀ ਕਿੱਥੇ ਲੈ ਕੇ ਚੱਲਿਆ, ਕਿਤੇ ਗਾਉਣ ਗੂਣ ਤਾਂ ਹੀ ਲੱਗ ਗਿਆ? ਵੀਰੇ ਇਹ ਢੋਲਕੀ ਨਹੀਂ ਹੈਗੀ, ਜਿਮ ਵਾਲਾ ਬੈਗ ਆ ਮੇਰਾ, ਜਿਮ ਚੱਲਿਆ। ਜਾ ਐ ਨੀ ਜਾ, ਉਹਨੂੰ ਰੋਕ ਵੀ ਲਿਆ ਕਰੋ, ਨਿੱਤ ਤੁਰ ਜਾਂਦਾ ਤੂੰ, ਰਹਿਣ ਦੇ ਅੱਜ ਜਾਣ ਨੂੰ, ਛੁੱਟੀ ਕਰ ਲਾ। ਉਹ ਆਏ ਕਿਵੇਂ ਰਹਿਣ ਦਾ, ਉਹ ਡੇਲੀ ਜਾਣਾ ਪੈਂਦਾ ਜਿਮ, ਆ ਤੁਹਾਡੇ ਦੋਨਾਂ ਮੂੰਹ ਨਾ, ਆ ਮੈਂ ਆਪਣਾ ਢਿੱਡ ਨਹੀਂ ਕੱਢਣਾ। ਕਿਹੜਾ ਢਿੱਡ ਹੈ, ਹੈ ਇੱਕੋ ਨੇ ਅਸੀਂ ਗੋਲ ਮੋੜ ਦੇ, ਵਧੀਆ ਲੱਗਦੇ ਆ। ਢਿੱਡ ਦਾ ਲੱਗਦਾ ਲੱਗਦਾ ਵਧੀਆ, ਉਹ ਇੱਕ ਵਾਰ ਨਾ ਦੋਨੇ ਜਣੇ ਸ਼ੀਸ਼ੇ ਮੂਹਰੇ ਖੜ ਕੇ ਦੇਖੋ, ਐ ਲੱਗਦਾ ਜੇ ਫੁੱਟਬਾਲ ਤੇ ਬਾਸਕਟਬਾਲ ਨਾਲ ਲੜ ਖੜਾਈ ਹੁੰਦੀ ਆ। ਉਹ ਤੁਹਾਡੇ ਵਰਗਾ ਨਹੀਂ ਬੰਦਾ, ਮੈਂ ਜਾਣ ਦੋ ਮੈਨੂੰ। ਉਹ ਬੇਇੱਜ਼ਤੀ ਕਰਕੇ ਚਲਿਆ ਗਿਆ ਤੁਹਾਡੀ, ਤੇਰੀ ਵੀ ਨਾਲ ਹੀ ਕਰਕੇ ਗਿਆ। ਸਹੀ ਹੋਈ ਕਹਿੰਦਾ, ਤੇਰਾ ਢਿੱਡ ਜ਼ਿਆਦਾ ਨਿਕਲ ਗਿਆ। ਮੇਰਾ ਨਿਕਲ ਗਿਆ? ਮੈਨੂੰ ਤਾਂ ਇਹ ਲੱਗਦਾ ਥੋੜਾ ਜ਼ਿਆਦਾ ਨਿਕਲਿਆ ਹੋਇਆ। ਸ਼ੀਸ਼ੇ ਮੂਹਰੇ ਚੱਲੀਏ, ਪਤਾ ਲੱਗ ਜੂ ਕਿਹਦਾ ਵੱਧ ਨਿਕਲਿਆ ਹੋਇਆ। ਚਲੋ ਅਮਰ ਇੰਨਾ ਬੋਲ ਕੇ ਗਿਆ ਹੈਨਾ, ਫਿਰ ਆਪਾਂ ਸ਼ੀਸ਼ੇ ਚ ਖੜ ਕੇ ਦੇਖਿਆ, ਤੁਸੀਂ ਮੈਨੂੰ ਬੋਲੀ ਜਾਂਦੇ ਹੋ, ਮੈਂ ਤੁਹਾਨੂੰ ਬੋਲੀ ਜਾਂਦੀ ਹਾਂ। ਉਹ ਇਹ ਤੋਂ ਪਹਿਲਾਂ ਕੋਈ ਤੀਜਾ ਬੰਦਾ ਆਪਾਂ ਨੂੰ ਕੋਈ ਕੁਛ ਕਹੇ, ਢਿੱਡ ਦਾ ਆਪਾਂ ਨੂੰ ਘਟਾਉਣਾ ਹੀ ਪੈਣਾ। ਕਰਨਾ ਤਾਂ ਪੈਣਾ ਵੀ, ਇੱਕ ਕੰਮ ਕਰਦੇ ਆ। ਕੀ? ਸਟ੍ਰਿਕਟ ਹੋ ਜਾਂਦੇ ਆ ਪੂਰੇ ਸਖਤ, ਡਾਈਟਿੰਗ ਕਰਦੇ ਆ। ਡਾਈਟਿੰਗ? ਹਾਂ ਹਾਂ, ਮੈਂ ਤੁਹਾਡੇ ਨਾਲ ਆ। ਪਰ ਡਾਈਟਿੰਗ 'ਚ ਹੁੰਦਾ ਕੀ ਆ? ਯਾਰ ਡਾਈਟਿੰਗ 'ਚ ਚਾਰ ਪੰਜ ਚੀਜ਼ਾਂ ਦਾ ਖਿਆਲ ਰੱਖਣਾ। ਪਹਿਲੀ ਚੀਜ਼, ਆਪਾਂ ਸਵੇਰ ਦੀ ਚਾਹ ਬੰਦ ਕਰ ਦੇਣੀ। ਚਾਹ? ਹਾਂ, ਉਹਦੇ ਬਿਨਾਂ ਤਾਂ ਅੱਖ ਹੀ ਨਹੀਂ ਖੁੱਲਦੀ, ਨਾ ਤੁਸੀਂ ਉੱਠਦੇ ਹੋ ਨਾ ਮੈਂ ਉੱਠਦੀ ਹਾਂ ਚਾਹ ਤੋਂ ਬਿਨਾਂ। ਜੇ ਢਿੱਡ ਘਟਾਉਣਾ ਨਾ, ਚਾਹ ਤਾਂ ਬੰਦ ਕਰਨੀ ਪੈਣੀ ਆ। ਯਾਰ ਚਾਹ ਪੀਵਾਂਗੇ ਆਪਾਂ, ਪਰ ਆਹ ਨਹੀਂ, ਗ੍ਰੀਨ ਟੀ। ਠੀਕ ਆ, ਹੋਰ? ਬਾਹਰ ਲੱਤ ਤਲਿਆ ਹੋਇਆ ਸਮਾਨ, ਆ ਪੀਜ਼ੇ, ਬਰਗਰ, ਨਿਊਡਲਾਂ, ਮਨਚੂਰੀਅਨ, ਸਪਰਿੰਗ ਰੋਲ ਸਾਰੇ ਬੰਦ, ਕੁਛ ਨਹੀਂ ਖਾਣਾ ਅੱਜ ਤੋਂ ਬਾਅਦ ਆਪਾਂ। ਐ ਨਾ ਕਰੋ ਤੁਸੀਂ, ਉਹ ਫਰਿੱਜ ਦੇ ਵਿੱਚ ਤਾਂ ਸੱਚ ਆਪਣੀ ਕੱਲ ਦੀ ਨਿਊਡਲ ਇੰਨੀ ਬਚੀ ਪਈ ਆ, ਉਹ ਤਾਂ ਖਾਣੀ ਪੈਣੀ ਆ, ਨਹੀਂ ਖਰਾਬ ਹੋ ਜੂਗੀ। ਫੇਰ ਉਹੀ ਗੱਲ, ਤੈਨੂੰ ਮੈਂ ਕਿਹਾ ਸਟ੍ਰਿਕਟ ਡਾਈਟ ਫੋਲੋ ਕਰਨੀ ਆ, ਹੈ ਆਪਾਂ ਨਹੀਂ ਖਾਣੀ, ਕੋਈ ਹੋਰ ਖਾ ਲੂਗਾ। ਅੱਗੇ ਸੁਣ, ਕੋਈ ਵੀ ਕੋਲਡ ਡਰਿੰਕ ਨਹੀਂ ਪੀਣਾ ਆਪਾਂ, ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਪੀਣੀ ਜਿਹਦੇ 'ਚ ਮਿੱਠਾ ਹੋਵੇ। ਗਰਮੀ ਤਾਂ ਇੰਨੀ ਆ,
ਹੁਣ ਗਰਮੀ ਚ ਬੰਦਾ ਕੋਲਡ ਡਰਿੰਕ ਨਹੀਂ ਪੀਊਗਾ ਤਾਂ ਹੋਰ ਕੀ ਪੀਊਗਾ? ਉਹ ਯਾਰ ਪੀਵਾਂਗੇ, ਐ ਨਹੀਂ ਹੈਗਾ ਵੀ ਜਮਾ ਹੀ ਛੱਡ ਦਾਂਗੇ, ਨਿੰਬੂ ਪਾਣੀ ਪੀਵਾਂਗੇ ਬਗੈਰ ਮਿੱਠੇ ਤੋਂ, ਸ਼ਹਿਦ ਪਾ ਕੇ ਗੁਨਗੁਨਾ, ਦੂਜਾ ਨਾਰੀਅਲ ਪਾਣੀ ਪੀਵਾਂਗੇ ਜਿਹਦਾ ਪ੍ਰੋਟੀਨ ਹੀ ਮਿਲੂਗਾ, ਨੁਕਸਾਨ ਕੋਈ ਨਹੀਂ ਅਤੇ ਫੈਟ ਸਰੀਰ 'ਚ ਆਉਣੀ ਨਹੀਂ ਅਤੇ ਆਪਾਂ ਮੋਟੇ ਹੋਣਾ ਨਹੀਂ। ਅਤੇ ਉਹ ਤੋਂ ਬਾਅਦ ਇੱਕ ਚੀਜ਼ ਹੋਰ ਸੁਣ ਲਾ ਮੇਰੀ ਧਿਆਨ ਦੇ ਨਾਲ। ਅਜੇ ਹੋਰ ਵੀ ਕੁਛ ਆ? ਹਾਂ ਬਹੁਤ ਕੁਛ ਆ। ਰਾਤ ਦੀ ਰੋਟੀ ਆਪਾਂ ਬੰਦ ਕਰ ਦੇਣੀ ਆ, ਸਿਰਫ ਸਲਾਦ ਖਾਇਆ ਕਰਾਂਗੇ ਅਤੇ ਸਵੇਰੇ 5 ਵਜੇ ਉੱਠ ਕੇ ਆਪਾਂ ਸੈਰ 'ਤੇ ਜਾਇਆ ਕਰਾਂਗੇ। ਉਹ ਰੋਟੀ ਵਾਲੀ ਗੱਲ ਤਾਂ ਤੁਹਾਡੀ ਠੀਕ ਆ, ਮੈਂ ਮੰਨ ਲੈਂਦੀ ਹਾਂ, ਮੈਂ ਛੱਡ ਵੀ ਦਊਂਗੀ ਰੋਟੀ, ਠੀਕ ਆ। ਪਰ ਜਿਹੜੀ ਤੁਸੀਂ ਸਵੇਰੇ ਉੱਠਣ ਵਾਲੀ ਗੱਲ ਕਰਦੇ ਹੋ ਵੀ 5 ਵਜੇ ਉੱਠਣਾ, ਇਹ ਆਪਣੇ ਬੱਸੋਂ ਬਾਹਰ ਆ। ਉਹ ਮੈਂ ਜਵਾਕ ਤਿਆਰ ਕਰਨੇ ਹੁੰਦੇ 6 ਵਜੇ, ਫਿਰ ਉਹਨਾਂ ਦੀ ਬੈਨ ਆ ਜਾਂਦੀ ਆ, ਮੈਂ ਕਿਵੇਂ 5 ਵਜੇ ਉੱਠ ਕੇ ਸੈਰ 'ਤੇ ਚਲੀ ਜਾਊਂਗੀ? ਕਿਉਂ ਨਹੀਂ ਜਾ ਸਕਦੀ ਯਾਰ? ਉਹ ਮੈਂ ਤੈਨੂੰ ਐਂ ਕਹਿਣਾ ਵੀ ਆਪਾਂ ਰਾਤ ਨੂੰ 6 ਦੀ ਸੌਂ ਜਾਇਆ ਕਰਾਂਗੇ, ਤੂੰ ਉਨੀ ਨੀਂਦ ਕੱਢ ਲਿਆ ਕਰੀ, ਅਤੇ ਨਾਲੇ 5 ਵਜੇ ਸੈਰ 'ਤੇ ਜਾ ਕੇ ਆਪਾਂ ਵਾਪਸ ਵੀ ਤਾਂ ਆ ਜਾਇਆ ਕਰਨਾ, ਆ ਕੇ ਤੂੰ ਜਵਾਕ ਤਿਆਰ ਕਰ ਲਿਆ ਕਰੀ। ਚਲੋ ਠੀਕ ਆ, ਪਰ ਫਿਰ ਆਪਣਾ ਪੱਕਾ ਢਿੱਡ ਘੱਟ ਜੂਗਾ ਨਾ? ਹਾਂ ਪੱਕਾ ਫਰਕ ਪੈ ਜਾਣਾ। ਸਵੇਰੇ ਆਪਾਂ ਉੱਠ ਕੇ ਸਭ ਤੋਂ ਪਹਿਲਾਂ ਪਾਰਕ 'ਚ ਜਾਇਆ ਕਰਾਂਗੇ, ਪਾਰਕ ਦੇ ਵਿੱਚ ਮਾਸਟਰ ਉਹਨੀ ਕਰਦੇ ਨੇ ਯੋਗਾ, ਆਪਾਂ ਯੋਗਾ ਕਰਿਆ ਕਰਾਂਗੇ ਦੋਨੇ ਜਾਣੇ, ਉਹ ਆਪਣਾ ਢਿੱਡ ਤਾਂ ਦਿਨਾਂ ਚੁੜ ਜਾਣਾ। ਹਾਏ ਫਿਰ ਤਾਂ ਪੂਰੇ ਨਜ਼ਾਰੇ ਆਉਣਗੇ, ਮੈਂ ਤਾਂ ਮੇਰੀ ਅਲਮਾਰੀ ਦੇ ਵਿੱਚ ਜਿੰਨੇ ਮੇਰੇ ਸੂਟ ਵਧੀਆ ਵਧੀਆ ਭਾਰੀ ਭਾਰੀ ਪੁਰਾਣੇ ਪਏ ਨੇ ਨਾ ਮੇਰੇ ਟੈਟ ਹੋਏ, ਉਹ ਕੱਢ ਕੱਢ ਕੇ ਪਾਉਂਗੀ ਸਾਰੇ। ਹਾਂ ਜੇ ਸਾਰਾ ਕੁਛ ਕਰਨਾ ਨਾ 15 ਮਿੰਟ ਦੇ ਅੰਦਰ ਅੰਦਰ ਸੋ ਜਾਂਦੇ ਹਾਂ ਆਪਾਂ, ਸਵੇਰੇ 6 ਉੱਠਣਾ, ਠੀਕ ਆ ਹੁਣੀ? ਹਾਂ ਹਜੇ ਤਾਂ 9 ਵਜੇ ਆ, ਅਮਨ ਨੇ ਵੀ ਆਉਣਾ, ਉਹ ਆਜੂਗਾ, ਉਹ ਕਿਹੜਾ ਨਿਆਣਾ, ਤੂੰ ਪੈਣ ਦੀ ਗੱਲ ਕਰ, ਚੱਲ ਪੱਕੀ ਗੱਲ ਆ। ਹਾਂ ਹਾਂ ਆ ਜਾ ਸੌ ਜਾ, ਬਸ ਉੱਠ ਇੱਥੇ, ਲਾਰਮ ਲਾ ਇੱਥੇ, ਲਾਰਮ ਲਾ ਦੇ 4:30 ਵਜੇ ਦਾ ਲਾਈ, ਠੀਕ ਆ 4:30 ਵਜੇ ਉਹ ਕਈ ਵਾਰ ਮੇਰੀ ਜਾਗਰੀ ਨਾ ਖੁੱਲਦੀ ਫਿਰ ਰਿਪੀਟ ਤੇ ਵੱਜੂਗਾ, ਉੱਠ ਕਰੂੰਗਾ ਮੈਂ, ਠੀਕ ਆ ਠੀਕ ਆ ਲੱਗ ਗਿਆ, ਠੀਕ ਰੱਖ ਦਿਆਂ ਸਰ ਕੋਲੇ, ਹੋਰ ਜਾਗੀ ਨਾ ਬੁੱਲੇ ਪੈ ਜਾ ਭਾਈ। ਬੰਦ ਕਰ ਇਹਨੂੰ ਯਾਰ, ਉੱਠੋ ਓਏ ਉੱਠੋ, ਲਾਰ ਵੱਜ ਗਿਆ, ਚੱਲੀਏ ਆਪਾਂ। ਕਿੱਥੇ ਜਾਣਾ? ਸ਼ਹਿਰ ਤੇ, ਹੋਰ ਕਿੱਥੇ? ਕਿਹੜੀ ਸ਼ਹਿਰ ਤੇ? ਕਿਹੜੀ ਸ਼ਹਿਰ ਤੇ? ਮੈਂ ਆਪਾਂ ਪਤਲੇ ਹੋਣਾ, ਪਤਲੇ ਹੀ ਆਪਾਂ ਕਟਵਾ, ਉੱਠੋ ਪੈ ਜਾ ਯਾਰ, ਪੈ ਜਾ ਦੁਬਾਰਾ, ਹਾਂ ਪੈ ਜਾ, ਚੱਲ ਉੱਠ ਖੜੋ, ਉਹ ਕੱਲ ਤੋਂ ਕਰ ਲਾਂਗੇ ਯਾਰ ਆਪਾਂ, ਅੱਜ ਸੌ ਲੈਂਦੇ ਪੈ ਜਾ, ਕੱਲ ਤੋਂ ਕਰਨਾ। ਹਾਂ ਹਾਂ ਪੈ ਜਾ, ਪੱਕੀ ਗੱਲ ਆ, ਕੱਲ ਤੋਂ ਕਰਾਂਗੇ, ਕੱਲ ਤੋਂ ਪੱਕਾ, ਕੱਲ ਤੋਂ ਪੱਕਾ। ਵੈਸੇ ਸਾਨੂੰ ਇਹ ਚੀਜ਼ ਕਹਿੰਦੇ ਨੂੰ ਨਾ ਕਾਫੀ ਦੇਰ ਹੋ ਗਈ, ਤੇ ਸਾਡੇ ਐਕਚੁਅਲ ਦੇ ਵਿੱਚ ਵੀ ਕਾਫੀ ਜ਼ਿਆਦਾ ਯਾਨੀ ਕਿ ਢਿੱਡ ਦੋਨਾਂ ਦੀ ਬਾਹਰ ਆ ਗਏ, ਜ਼ਿਆਦਾ ਇੱਧਰਲਾ ਉੱਧਰਲਾ ਖਾਣ ਕਰਕੇ ਅਤੇ ਬੇਹਿਸਾਬਾ ਖਾਣ ਕਰਕੇ, ਅਤੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਖਾਣ ਕਰਕੇ। ਅਤੇ ਵੈਸੇ ਦੱਸ ਦਈਏ ਜਲਦੀ ਢਿੱਡ ਘੱਟ ਜਾਣਗੇ ਜੀ, 6-pack ਕਮਿੰਗ ਸੂਨ, 6-pack ਨਹੀਂ 6-pack ਵੀ, ਜਿਹੜੀ ਕਿ ਢਿੱਡ ਘੱਟ ਜੂਗਾ, ਅਮਰ ਦੇ 6-pack ਕਮਿੰਗ ਸੂਨ। ਅਤੇ ਆਪਾਂ ਕੀ ਕਰ ਰਹੇ ਹਾਂ? ਆਪਾਂ ਹੁਣ ਟ੍ਰੇਨਿੰਗ ਲੈ ਰਹੇ ਹਾਂ ਪ੍ਰੋਪਰ, ਅਸੀਂ ਟ੍ਰੇਨਿੰਗ ਲੈਣੀ ਸ਼ੁਰੂ ਕਰਤੀ ਹੈ ਜੀ।
ਤੇ ਮਹੀਨੇ ਦੇ ਵਿੱਚ ਫਰਕ ਤੁਹਾਨੂੰ ਪਤਾ ਲੱਗ ਜਾਊਗਾ, ਜਿਵੇਂ ਜਿਵੇਂ ਤੁਹਾਨੂੰ ਫਰਕ ਲੱਗੀ ਜਾਊਗਾ ਨਾ ਦੇਵ ਚ ਲੱਗਿਆ ਤੁਸੀਂ ਕਮੈਂਟ ਕਰਕੇ, ਕਿਉਂਕਿ ਸਾਧ ਸਰ ਦੀ ਵੀਰ ਜੀ ਦੇ ਜਿਹੜੇ ਲੱਗ ਤੇ ਜੇ ਤੁਹਾਨੂੰ ਮੇਰੇ ਚ ਲੱਗਿਆ ਤਾਂ ਤੁਸੀਂ ਜਰੂਰ ਦੱਸਿਓ ਕਿ ਮਹੀਨੋ ਪਤਲੀ ਲੱਗਦੀ ਪਈ ਆ, ਪਹਿਲਾਂ ਨਾਲ ਫਰਕ ਪੈ ਚੁੱਕਿਆ ਤੇ ਸਾਨੂੰ ਥੋੜਾ ਇਹਨਾਂ ਨੂੰ ਹੋ ਜਾਊਗਾ ਕਿ ਹਾਂ ਅਸੀਂ ਮਿਹਨਤ ਕਰ ਰਹੇ ਹਾਂ ਤੇ ਸਾਨੂੰ ਕਮੈਂਟ ਵਧੀਆ ਆ ਰਹੇ ਨੇ। ਹਾਂ ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਅਸੀਂ ਢਿੱਡੀ ਕਿਵੇਂ ਘਟਾਇਆ। ਹਾਂ ਅਸੀਂ ਪਹਿਲਾਂ ਵੀ ਘਟਾਇਆ ਸੀਗਾ, ਫਿਰ ਵੱਧ ਗਿਆ, ਹੁਣ ਅਸੀਂ ਫਿਰ ਘਟਾਵਾਂਗੇ। ਡਾਇਟਿੰਗ ਸ਼ੁਰੂ ਕਰਨੀ ਆ ਆਪਾਂ ਨਾ ਸਵੇਰੇ ਸੈਰ ਤੇ ਜਾਇਆ ਕਰਾਂਗੇ, ਆਪਾਂ ਐ ਕਰਿਆ ਕਰਾਂਗੇ, ਬੜੀਆਂ ਪਲੈਨਿੰਗਾਂ ਜਿਹੀਆਂ ਬਣਾ ਲਾਂਗੇ, ਇਹੀ ਕੁਛ ਕਰਦੇ ਤੁਸੀਂ ਸਾਰੀ ਸਰਦੀ ਕੱਢਤੀ ਤੇ ਹੁਣ ਵੀ 2 ਮਹੀਨੇ ਨਿਕਲ ਚੁੱਕੇ ਨੇਗੇ ਐਟ ਲੀਸਟ। ਹੁਣ ਅਸੀਂ ਪ੍ਰੋਪਰ ਟ੍ਰੇਨਰ ਬੁਲਾਇਆ ਵਾ ਤੇ ਅਸੀਂ ਕਰਦੇ ਪਏ ਆ ਤੇ ਹੁਣ ਅਸੀਂ ਛੇਤੀ ਪਤਲੇ ਹੋਵਾਂਗੇ। ਡਾਇਟਿੰਗ ਵੀ ਕਰ ਰਹੇ ਹਾਂ, ਨਾਲ ਨਾਲ ਐਕਸਰਸਾਈਜ਼ ਵੀ ਹੋ ਰਹੀ ਹੈ, ਨਾਲ ਕਾਰਡੀਓ ਤੇ ਨਾਲ ਪਤਾ ਨਹੀਂ ਇਹਨਾਂ ਨੂੰ ਪਤਾ ਕੀ ਕੁਛ ਵੀ ਕਰਦੇ ਨੇ, ਨਾਲ ਟ੍ਰੈਡਮਿਲ, ਨਾਲ ਸਾਈਕਲਿੰਗ, ਜੋ ਕੁਛ ਵੀ ਹੁੰਦਾ ਸਾਰਾ ਕੁਛ ਪ੍ਰੋਪਰ ਕਰ ਰਹੇ ਹਾਂ। ਹਾਂ ਤੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਡਾਇਟ ਵਗੈਰਾ ਜਿਹੜੀ ਹੈਗੀ ਆ ਉਹ ਵੀ। ਮੈਂ ਕਮੈਂਟਾਂ ਜਰੂਰ ਦੱਸਿਓ ਪਹਿਲਾਂ ਇਹਨਾਂ ਦਾ ਫਰਕ ਪਿਆ ਕਿ ਮੇਰਾ ਪਿਆ ਕਿ ਦੋਨਾਂ ਇਕੱਠਿਆਂ ਦਾ ਪੈ ਰਿਹਾ। ਹਾਂ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰਿਓ। ਹਜੇ ਨਹੀਂ ਹੋਣ ਵਾਲੀ ਆ ਵੀਡੀਓ ਚ, ਹੋਰ ਕਿਤੇ ਰਿਹਾ ਕੋਈ ਫਰਕ ਨਹੀਂ ਲੱਗਦਾ, ਉਹ ਹਫਤਾ ਕੁ ਲੱਗੂਗਾ, ਹਜੇ ਸਾਨੂੰ ਸਟਾਰਟ ਕੀਤੇ ਨੂੰ 2-3 ਦਿਨ ਨਹੀਂ ਹੋਇਆ। ਮਹੀਨਾ 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 ਲੱਗ ਜਾਂਦਾ। ਮੈਂ ਤਾਂ ਹਫਤੇ ਜਿਹੜਾ ਰਹਿਣਾ, ਹਫਤੇ ਦੀ ਜਿਵੇਂ ਲੱਗਦਾ ਕਿ ਸ਼ੇਅਰ ਜਰੂਰ ਕਰਿਓ ਜੀ ਹਸੇ। ਥੈਂਕ ਯੂ ਸੋ ਮਚ।